ਅਭੀ ਦੇਖ ਰਹੇ ਹਾਂ ਤੁਸੀਂ ਮੈਂ ਹਾਂ ਰਣਵੀਰ ਸਿੰਘ ਰਾਣਾ ਦੇਸ਼ ਦੇ ਵਿੱਚ ਕਰੋਨਾ ਦਾ ਕਹਿਰ ਰਿਹਾ ਦੁਨੀਆ ਭਰ ਦੇ ਵਿੱਚ ਕਰੋਨਾ ਦਾ ਕਹਿਰ ਰਿਹਾ ਪਰ ਹੁਣ ਓਮੀਕਰੋਨ ਜਿਹੜਾ ਤਿੰਨ ਗੁਣਾ ਖਤਰਨਾਕ ਹੈ ਕਰੋਨਾ ਤੋਂ ਉਸ ਦੇ ਕੇਸ ਵੀ ਲਗਾਤਾਰ ਵੱਧ ਰਹੇ ਨੇ ਪਿਛਲੇ 5 ਦਿਨਾਂ ਦੇ ਵਿੱਚ ਓਮੀਕਰੋਨ ਦੇ ਕੇਸ ਡਬਲ ਹੋ ਗਏ ਨੇ ਜਿਸ ਤੋਂ ਬਾਅਦ ਕੇਂਦਰ ਸਰਕਾਰ ਦੇ ਵੱਲੋਂ ਰਾਜ ਸਰਕਾਰਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਨੇ ਸੁਝਾਅ ਦਿੱਤੇ ਗਏ ਨੇ ਚਿੱਠੀ ਲਿਖੀ ਗਈ ਹੈ ਕਿ ਮੁਰ ਤੋਂ ਨਾਈਟ ਕਰਫਿਊ ਲਾਇਆ ਜਾਵੇ ਮੁਰ ਤੋਂ ਜਿਹੜੀਆਂ ਜਨ ਸੁਭਾ ਮਾਂ ਨੇ ਜਿਹੜੀਆਂ ਵੱਡੀਆਂ ਰੈਲੀਆਂ ਨੇ ਵੱਡੇ ਇਕੱਠ ਨੇ ਉਹਨਾਂ ਤੇ ਰੋਕ ਲਾਈ ਜਾਵੇ ਤੇ ਵਿਆਹਾਂ ਸ਼ਾਦੀਆਂ ਦੇ ਵਿੱਚ ਬੰਦਿਆਂ ਦੀ ਗਿਣਤੀ ਘਟਾਈ ਜਾਵੇ ਤੇ ਨਾਲ ਹੀ ਜਿਹੜੇ ਸੰਸਕਾਰ ਨੇ ਭੋਗ ਨੇ ਉਨ੍ਹਾਂ ਦੇ ਵਿੱਚ ਵੀ ਲੋਕਾਂ ਦੀ ਗਿਣਤੀ ਨੂੰ ਸੀਮਿਤ ਕੀਤਾ ਜਾਵੇ ਦੱਸਦੀ ਹੈ ਕਿ ਓਮਿਕਰੋਨ ਦੇ ਕੇਸ ਲਗਾਤਾਰ ਵਧ ਰਹੇ ਨੇ ਤੇ ਮਾਹਿਰ ਮੰਨਦੇ ਨੇ ਕਿ ਓਮਿਕਰੋਨ ਕਰੋਨਾ ਦੇ ਨਾਲੋਂ ਵੀ ਤਿੰਨ ਗੁਣਾ ਖਤਰਨਾਕ ਹੈ ਤੇ ਬਹੁਤ ਤੇਜ਼ੀ ਦੇ ਨਾਲ ਫੈਲ ਸਕਦਾ ਹੈ ਜਿਸ ਕਰਕੇ ਕੇਂਦਰ ਸਰਕਾਰ ਦੇ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਨੇ ਸਾਰੀਆਂ ਰਾਜ ਸਰਕਾਰਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜਿਹੜੇ ਯੂਟੀ ਨੇ ਉਹਨਾਂ ਨੂੰ ਵੀ ਚਿੱਠੀ ਲਿਖ ਕੇ ਕਿਹਾ ਗਿਆ ਹੈ ਕਿ ਵਾਰ ਰੂਮਸ ਬਣਾਏ ਜਾਣ ਮੁਰ ਤੋਂ ਟੈਸਟਿੰਗ ਵਧਾਈ ਜਾਵੇ ਤੇ ਨਾਲ ਹੀ ਜਿਹੜੇ ਡੋਜ਼ ਆ ਉਹ ਤੇਜ਼ੀ ਨਾਲ ਲਾਈ ਜਾਵੇ ਨਿਗਰਾਨੀ ਰੱਖੀ ਜਾਵੇ ਤੇ ਹਸਪਤਾਲਾਂ ਦੇ ਵਿੱਚ ਦੁਬਾਰਾ ਤੋਂ ਚੰਗੇ ਪ੍ਰਬੰਧ ਕੀਤੇ ਜਾਣ ਫੈਸਿਲਿਟੀਆਂ ਦਿੱਤੀਆਂ ਜਾਣ ਉਸ ਤੋਂ ਬਿਨਾ ਵੱਡੇ ਇਕੱਠਾਂ ਤੇ ਪਾਬੰਦੀ ਲਾਈ ਜਾਵੇ ਤੇ ਨਾਲ ਹੀ ਵਿਆਹਾਂ ਸ਼ਾਦੀਆਂ ਦੇ ਵਿੱਚ ਜਿਹੜਾ ਇਕੱਠ ਹੋ ਰਿਹਾ ਉਸ ਨੂੰ ਘਟਾਇਆ ਜਾਵੇ ਲੋਕਾਂ ਦੀ ਗਿਣਤੀ ਸੀਮਤ ਕੀਤੀ ਜਾਵੇ ਨਾਈਟ ਕਰਫਿਊ ਯਾਨੀ ਕਿ ਮੁਰ ਤੋਂ ਨਾਈਟ ਕਰਫਿਊ ਲਾਉਣ ਦੀ ਵੀ ਗੱਲ ਆਖੀ ਗਈ ਹੈ ਇਸ ਤੋਂ ਬਿਨਾ ਜਿਹੜੇ ਸਸਕਾਰ ਨੇ ਭੋਗ ਨੇ ਜਾਂ ਹੋਰ ਜਿਹੜੇ ਇਕੱਠ ਨੇ ਵੱਡੇ ਉਹਨਾਂ ਤੇ ਵੀ ਰੋਕ ਲਾਉਣ ਜਾਂ ਗਿਣਤੀ ਘਟ ਕਰਨ ਦੀ ਜਿਹੜੀ ਹਦਾਇਤ ਹੈ ਉਹ ਜਾਰੀ ਕੀਤੀ ਗਈ ਹੈ ਹਾਲਾਂਕਿ ਕਦੋਂ ਜਿਹੜਾ ਨਾਈਟ ਕਰਫਿਊ ਹੈ ਮੋੜ ਤੋਂ ਲਾਗੂ ਹੋਏਗਾ ਇਹ ਰਾਜ ਸਰਕਾਰਾਂ ਦੱਸਣਗੀਆਂ ਪਰ ਕੇਂਦਰ ਸਰਕਾਰ ਦੇ ਵੱਲੋਂ ਇੱਕ ਲੈਟਰ ਲਿਖ ਕੇ ਰਾਜ ਸਰਕਾਰਾਂ ਨੂੰ ਇਹ ਨਿਰਦੇਸ਼ ਕਹਿ ਲਈਏ ਜਾਂ ਸੁਝਾਅ ਕਹਿ ਲਈਏ ਭੇਜੇ ਗਏ ਨੇ ਦੱਸਦੇ ਕਿ ਓਮਿਕਰੋਨ ਦੇਸ਼ ਦੇ ਵਿੱਚ ਤੇਜ਼ੀ ਦੇ ਨਾਲ ਫੈਲ ਰਿਹਾ ਹੈ ਅਤੇ ਓਮਿਕਰੋਨ ਦੇ 200 ਤੋਂ ਵੱਧ ਕੇਸ ਸਾਹਮਣੇ ਆ ਚੁੱਕੇ ਨੇ 5 ਦਿਨਾਂ ਦੇ ਵਿੱਚ ਓਮਿਕਰੋਨ ਦੇ ਕੇਸ ਦੁੱਗਣੇ ਹੋ ਚੁੱਕੇ ਨੇ ਜਿਸ ਕਰਕੇ ਕੇਂਦਰ ਨੇ ਰਾਜ ਸਰਕਾਰਾਂ ਨੂੰ ਚਿੱਠੀ ਲਿਖੀ ਹੈ ਵਾਰ ਰੂਮ ਬਣਾਉਣ ਦੀ ਸੁਝਾਅ ਦਿੱਤੇ ਨੇ ਉਹਨਾਂ ਨੇ ਕਿਹਾ ਕਿ ਕਰੋਨਾ ਦੇ ਓਮੀਕਰੋਨ ਵੇਰੀਐਂਟ ਨੂੰ ਦੇਖਦਿਆਂ ਹੋਇਆਂ ਰਾਜਿਆਂ ਨੂੰ ਚੇਤਾਵਨੀ ਜਿਹੜੀ ਰਾਜਾਂ ਨੂੰ ਦਿੱਤੀ ਗਈ ਹੈ ਅਤੇ ਵੇਰੀਐਂਟ ਜਿਹੜਾ ਸਰੂਪ ਡੈਲਟਾ ਹੈ ਇਹ 3 ਗੁਣਾ ਜ਼ਿਆਦਾ ਖਤਰਨਾਕ ਹੈ ਅਤੇ ਇਸ ਨੂੰ ਤੇਜ਼ੀ ਨਾਲ ਫੈਲਣ ਤੋਂ ਰੋਕਣ ਲਈ ਰਾਜ ਸਰਕਾਰਾਂ ਨੂੰ ਕੜੇ ਕਦਮ ਚੁੱਕਣੇ ਚਾਹੀਦੇ ਨੇ ਦੱਸਦੀ ਹੈ ਕਿ ਕੇਰਲ ਸਮੇਤ ਜੰਮੂ ਅਤੇ ਕਸ਼ਮੀਰ ਸਮੇਤ 14 ਰਾਜਾਂ ਦੇ ਵਿੱਚ ਓਮਿਕਰੋਨ ਵੇਰੀਐਂਟ ਨੇ ਦਸਤਕ ਦੇ ਦਿੱਤੀ ਹੈ ਅਤੇ 220 ਦੇ ਕਰੀਬ ਕੇਸ ਸਾਹਮਣੇ ਆ ਚੁੱਕੇ ਨੇ ਸਭ ਤੋਂ ਵੱਧ ਕੇਸ ਮੁੰਬਈ ਦੇ ਵਿੱਚ ਸਾਹਮਣੇ ਆਏ ਨੇ ਦਿੱਲੀ ਦੇ ਵਿੱਚ ਓਮਿਕਰੋਨ ਸੰਕਰਮਿਤ ਤਮਰੀਜ਼ਾਂ ਦੀ ਗਿਣਤੀ ਬਾਅਦ ਕੇਸ 54 ਹੋ ਗਈ ਹੈ ਇਸੇ ਤਰ੍ਹਾਂ ਵਕ ਵਕ ਦੁਨੀਆ ਭਰ ਦੇ ਵਿੱਚ 77 ਦੱਸਦੀ ਹੈ ਕਿ ਬਹੁਤ ਸਾਰੇ ਦੇਸ਼ ਜਿਹੜੇ ਨੇ ਉਹਨਾਂ ਦੇ ਵਿੱਚ ਵੀ ਓਮਿਕਰੋਨ ਤੇਜ਼ੀ ਨਾਲ ਫੈਲ ਰਿਹਾ ਹੈ ਮਹਾਰਾਸ਼ਟਰ ਦੇ ਵਿੱਚ ਓਮਿਕਰੋਨ ਦੇ 11 ਕੇਸ ਸਾਹਮਣੇ ਆਏ ਨੇ ਜਦਕਿ ਹੁਣ ਇਹਨਾਂ ਦੀ ਗਿਣਤੀ ਵੱਧ ਕੇ 65 ਹੋ ਗਈ ਹੈ ਤੇ ਓਮਿਕਰੋਨ ਦੇ ਲਗਾਤਾਰ ਨਵੇਂ ਮਾਮਲੇ ਸਾਹਮਣੇ ਆ ਰਹੇ ਨੇ ਦਿੱਲੀ ਦੇ ਵਿੱਚ ਵੀ ਮਾਮਲੇ ਨਵੇਂ ਸਾਹਮਣੇ ਆਏ ਨੇ ਜਿਸ ਤੋਂ ਬਾਅਦ ਰਾਜ ਸਰਕਾਰਾਂ ਨੂੰ ਚਿੱਠੀ ਲਿਖੀ ਗਈ ਹੈ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਚਿੱਠੀ ਲਿਖੀ ਗਈ ਹੈ ਇਹ ਕਿਹਾ ਗਿਆ ਹੈ ਕਿ ਰਾਤ ਦਾ ਕਰਫਿਊ ਲਾਇਆ ਜਾਵੇ ਜਿਆਦਾ ਵੱਡੇ ਇਕੱਠ ਨੇ ਉਹਨਾਂ ਤੇ ਰੋਕ ਲਾਈ ਜਾਵੇ ਵਿਆਹ ਸ਼ਾਦੀ ਅਤੇ ਅੰਤਿਮ ਸੰਸਕਾਰ ਦੇ ਜਿਹੜੇ ਸਮਾਗਮ ਨੇ ਉਹਨਾਂ ਦੇ ਵਿੱਚ ਲੋਕਾਂ ਦੀ ਗਿਣਤੀ ਤੇ ਪਾਬੰਦੀ ਲਾਈ ਜਾਵੇ ਸੀਮਤ ਕੀਤੀ ਜਾਵੇ ਇਸ ਤੋਂ ਬਿਨਾ ਜਿਹੜੇ ਓਮੀਕਰੋਨ ਨੂੰ ਲੈ ਕੇ ਹਸਪਤਾਲਾਂ ਦੇ ਵਿੱਚ ਚੰਗੇ ਪ੍ਰਬੰਧ ਕੀਤੇ ਜਾਣ ਫੈਸਿਲਿਟੀਆਂ ਦਿੱਤੀਆਂ ਜਾਣ ਤਾਂ ਦੱਸ ਦਈਏ ਕਿ ਲਗਾਤਾਰ ਜਿਹੜੇ ਓਮੀਕਰੋਨ ਦੇ ਕੇਸ ਸਾਹਮਣੇ ਆ ਰਹੇ ਨੇ ਉਹਨਾਂ ਨੂੰ ਦੇਖਦਿਆਂ ਹੋਇਆਂ ਦਿਸ਼ਾ ਨਿਰਦੇਸ਼ ਕੇਂਦਰ ਸਰਕਾਰ ਦੇ ਵੱਲੋਂ ਜਾਰੀ ਕੀਤੇ ਗਏ ਨੇ 14 ਰਾਜਾਂ ਦੇ ਵਿੱਚ ਓਮਿਕਰੋਨ ਦੇ ਕੇਸ ਸਾਹਮਣੇ ਆ ਚੁੱਕੇ ਨੇ ਐਡਵਾਈਜ਼ਰੀ ਜਿਹੜੀ ਹੈ ਉਹ ਜਾਰੀ ਕੀਤੀ ਗਈ ਹੈ ਕਿ ਨਾਈਟ ਕਰਫਿਊ ਲਾਇਆ ਜਾਵੇ ਤੇ ਨਾਲ ਹੀ ਵੱਡੇ ਵੱਡੇ ਇਕੱਠਾਂ ਤੇ ਪਾਬੰਦੀ ਲਾਈ ਜਾਵੇ ਤੇ ਵਿਆਹ ਤੇ ਸ਼ਾਦੀ ਅਤੇ ਭੋਗ ਵਰਗੇ ਸਮਾਗਮਾਂ ਦੇ ਵਿੱਚ ਜਿਆਦਾ ਲੋਕ ਇਕੱਠੇ ਨਾ ਹੋਣ 14 ਰਾਜਾਂ ਦੇ ਵਿੱਚ 220 ਤੋਂ ਵੱਧ ਕੇਸ ਸਾਹਮਣੇ ਆ ਚੁੱਕੇ ਨੇ ਤੇ ਓਮਿਕਰੋਨ ਕੋਰੋਨਾ ਨਾਲੋਂ ਵੀ ਜ਼ਿਆਦਾ ਖਤਰਨਾਕ ਹੈ 3 ਗੁਣਾ ਜ਼ਿਆਦਾ ਖਤਰਨਾਕ ਜਿਹੜਾ ਇਹ ਦੱਸਿਆ ਜਾ ਰਿਹਾ ਜਿਸ ਨੂੰ ਲੈ ਕੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਤੇ ਕਿਹਾ ਗਿਆ ਕਿ ਹੁਣ ਤੋਂ ਹੀ ਓਮਿਕਰੋਨ ਨਾਲ ਲੜਾਈ ਲੜਨ ਦੇ ਲਈ ਓਮਿਕਰੋਨ ਨੂੰ ਰੋਕਣ ਦੇ ਲਈ ਕਦਮ ਜਿਹੜੇ ਨੇ ਉਹ ਚੁੱਕੇ ਜਾਣ